ਤੇ ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੂਕੇ ਦੀਆਂ ਸੰਗਤਾਂ ਦੇ ਦਰਸ਼ਨ ਕਰਕੇ ਮੇਰੇ ਧੰਨ ਭਾਗ ਹੋਏ ਨੇ ਕਿ ਮੈਨੂੰ 18 ਸਾਲ ਤੋਂ ਬਾਅਦ ਫਿਰ ਕੁਛ ਲਿਖਣਾ ਆਇਆ ਹੈ ਕਿਤੇ ਐਕਸੀਡੈਂਟ ਹੋ ਗਿਆ ਸੀ ਫਿਰ ਲਿਖਿਆ ਨਾ ਸੀ ਕੁਛ ਵੀ ਜਾਂਦਾ ਇੱਥੇ ਆ ਕੇ ਤਿੰਨ ਚਾਰ ਚੀਜ਼ਾਂ ਲਿਖੀਆਂ ਭਗਤ ਸਿੰਘ ਦੀ ਘੋੜੀ ਵੀ ਇੱਥੇ ਆ ਕੇ ਲਿਖੀ ਹੈ ਲੋ ਅਸੀਂ ਕਹਿੰਦੇ ਜਾਵਾਂਗੇ ਤੁਸੀਂ ਪਿਆਰ ਨਾਲ ਸੁਣਦੇ ਜਾਣਾ ਇਹ ਅਰਜ਼ ਕੀਤਾ ਹੈ ਰਾਣੀ ਡੋਰੀਆ ਖੂਨ ਵਿੱਚ ਰੰਗਿਆ ਰਾਣੀ ਡੋਰੀਆ
ਹੋਵੇਗਾ ਹੋਟੇ ਵੀਰ ਦੀ ਆਜ਼ਾਦੀ ਗੀਤ ਗਾਵੇ